ਹਾਂਜੀ ਦੋਸਤੋ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਜਿਹੜੇ ਕੁਐਸਚਨ ਦੱਸਣ ਲੱਗੇ ਆ ਤੀਸਰੇ ਲੈਸਨ ਦੇ ਇੰਪੋਰਟੈਂਟ ਕੁਐਸਚਨ ਨੇ ਰਿਗਵੈਦਿਕ ਕਾਲ ਵਾਲੇ ਦੇ ਇਹਦੇ ਵਿੱਚ ਸਾਡੇ ਕੋਲ ਆਰੀਆ ਕੌਣ ਸੀ ਮੂਲ ਨਿਵਾਸੀ ਕਿੱਥੋਂ ਦੇ ਸੀ ਵੱਖ-ਵੱਖ ਧਰਾਵਾਂ ਕਿਹੜੀਆਂ ਸੀਗੀਆਂ ਇਹ ਜਿਹੜਾ ਇੱਕ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਮੋਲਡ ਕਰਕੇ ਤੁਹਾਨੂੰ ਜਿਹੜਾ ਵਾ ਪੁੱਛਿਆ ਜਾ ਸਕਦਾ ਵਾ ਲੈਸਨ ਦੇ ਵਿੱਚੋਂ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੇ ਮੈਂ ਦੂਸਰੇ ਕੁਐਸਚਨ ਦੀ ਗੱਲ ਕਰਾਂ ਤਾਂ ਦੂਸਰੇ ਕੁਐਸਚਨ ਦੇ ਵਿੱਚ ਇਹਨਾਂ ਦੇ ਜੀਵਨ ਬਾਰੇ ਆ ਹਾਂਜੀ ਦੋਸਤੋ ਇਹਨਾਂ ਦੇ ਜੀਵਨ ਬਾਰੇ ਕਿਉਂਕਿ ਕੁਐਸਚਨ ਇੱਕ ਹੀ ਬਣਦਾ ਹੈ ਇਹਦੇ ਵਿੱਚ ਆਰੀਆ ਲੋਕ ਕੌਣ ਸਨ ਇਹਨਾਂ ਦੇ ਜੀਵਨ ਬਾਰੇ ਮੁੱਖ ਵਿਸ਼ੇ ਇਸ਼ਤਾਮਾ ਕੀ ਸਾਨੂੰ ਉਹਨਾਂ ਬਾਰੇ ਦਰਸ਼ਨ ਕਰੋ ਏ ਜਾਂ ਵਰਨਰ ਕਰੋ ਇਦਾਂ ਕਰਕੇ ਆ ਸਕਦਾ ਧਾਰਮਿਕ ਕਾਰਤਿਕ ਰਾਜਨੀਤਿਕ ਜੀਵਨ ਇਹਨੂੰ ਪੱਲੇ ਮੰਨ ਲਓ ਇਹੀ ਕੁਐਸਚਨ ਇੰਪੋਰਟੈਂਟ ਆ ਤੇ ਇਹੀ ਪੇਪਰ ਦੇ ਵਿੱਚ ਜਿਹੜਾ ਵਾ ਉਹ ਆਉਣਾ ਇਸ ਨੂੰ ਧਿਆਨ ਰੱਖੋ ਇਸ ਨੂੰ ਕਿਸੇ ਵੀ ਤਰ੍ਹਾਂ ਕਮਾਫਰਾ ਕੇ ਪੁੱਛਿਆ ਜਾ ਸਕਦਾ ਸਾਰਿਆਂ ਦੇ ਵਿੱਚ ਇਹੀ ਹੈ ਇਹਨਾਂ ਦੇ ਬਾਰੇ ਜੀਵਨ ਬਾਰੇ ਲਿਖ ਦੇਣਾ ਲੁਕੀ ਨਾਚ ਗਾਣੇ ਕੀ ਕਰਦੀ ਸੀ ਮਨੋਰੰਜਨ ਦੇ ਸਾਧਨ ਕਿਹੜੇ ਸੀਗੇ ਠੀਕ ਹੈ ਰਾਜਨੀਤਿਕ ਜੀਵਨ ਕਿਦਾਂ ਦਾ ਸੀਗਾ ਕੋਈ ਇੱਕ ਇੱਕ ਪੂਰੇ ਸਾਰੇ ਪਿੰਡ ਨੂੰ ਬੰਨ੍ਹ ਕੇ ਰੱਖਦਾ ਸੀਗਾ ਉਹਦੇ ਕਿਹੜੇ-ਕਿਹੜੇ ਹੋਰ ਸਾਥੀ ਹੁੰਦੇ ਸੀ ਇਹ ਸਾਰੀ ਚੀਜ਼ਾਂ ਜਿਹੜੀਆਂ ਤੁਸੀਂ ਲਿਖਣੀਆਂ ਨੇ ਕੁਮਾਫਰਾ ਕਿ ਉਹ ਹੀ ਕੁਸ਼ਣ ਪੁੱਛਿਆ ਜਾਣਾ ਧਿਆਨ ਰੱਖਿਓ ਰਿਗਵੇਦਿਕ ਕਾਲ ਤੋਂ ਕੀ ਪਾਵ ਹੈ ਜਰੂਰ ਪੁੱਛਿਆ ਜਾਊਗਾ ਰਿਗਵੇਦਿਕ ਕਾਲ ਕਦੋਂ ਸੀਗਾ ਉਹ ਦੀ ਈਸਵੀ ਲਿਖ ਦੇਣੀ ਤੇ ਆਰੀਆ ਲੋਕ ਕੌਣ ਸਾਨੂੰ ਚ ਹੈਡਿੰਗ ਬਣਾ ਕੇ ਲਿਖ ਦੇਣਾ ਬਾਕੀ ਸਾਰੇ ਵੀਡੀਓਜ਼ ਆਪਣੇ ਚੈਨਲ ਤੇ ਪਈਆਂ ਨੇ ਜਾ ਕੇ ਦੇਖ ਲਓ ਸਾਰੇ ਮਾਡਲ ਟੈਸਟ ਪੇਪਰ ਪਏ ਨੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਗਾਤਾਰ ਤੁਹਾਨੂੰ ਇਸ ਚੈਨਲ ਤੇ ਇਸ ਤਰ੍ਹਾਂ ਦੀ ਅਪਡੇਟ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਵਾ ਤੇ ਹੁਣ ਮਿਲਦੇ വിജന പൂരിഖലോ